ਸ਼੍ਰੀ ਅਮਰਨਾਥ ਯਾਤਰਾ ਤੇ ਗਏ ਸ਼ਰਧਾਲੂਆਂ ਦੀ ਖੂਨੀ ਝੜਪ ਹੋਈ ਬੱਸ ਦੇ ਵਿੱਚ ਏਸੀ ਲਾਉਣ ਪਿੱਛੇ। ਇਹ ਦੋਵੇਂ ਧੜੇ ਲੜੇ ਨੇ। ਰਾਜੂ ਪ੍ਰਧਾਨ ਨਾਮ ਦੇ ਸ਼ਖਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਦੱਸਦੇ ਕਿ ਬੱਸ ਜਦੋਂ ਪਟਿਆਲੇ ਨੂੰ ਵਾਪਸ ਪਰਤ ਰਹੀ ਸੀ ਤਾਂ ਰਸਤੇ ਦੇ ਵਿੱਚ ਰਾਜੂ ਪ੍ਰਧਾਨ ਦੇ ਬੰਦਿਆਂ ਨੇ ਬੱਸ ਨੂੰ ਘੇਰ ਲਿਆ, ਹਮਲਾ ਕੀਤਾ। ਇੱਕ ਸ਼ਖਸ ਨੂੰ ਟਾਰਗੇਟ ਬਣਾ ਕੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ। ਦੱਸਿਆ ਜਾ ਰਿਹਾ ਕਿ ਕੁੱਟਮਾਰ ਮੌਕੇ ਫਾਇਰ ਵੀ ਕੀਤੇ ਗਏ ਨੇ। ਪਟਿਆਲੇ ਬੱਸ ਵਾਪਸ ਪਰਤ ਰਹੀ ਸੀ। 4 ਤਰੀਕ ਨੂੰ ਇਹ ਬੱਸ ਸ਼੍ਰੀ ਅਮਰਨਾਥ ਯਾਤਰਾ ਦੇ ਲਈ ਰਵਾਨਾ ਹੋਈ ਸੀ। ਵਾਪਸ ਪਰਤਦੇ ਸਮੇਂ ਸ਼ਰਧਾਲੂਆਂ ਦੀ ਆਪਸ ਦੇ ਵਿੱਚ ਬੱਸ ਦੇ ਵਿੱਚ ਏਸੀ ਲਾਉਣ ਪਿੱਛੇ ਲੜਾਈ ਹੋਈ ਹੈ ਤਾਂ 9 ਜਵਾਨ ਤੇ ਤੇਜ਼ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਨੂੰ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਰਾਜੂ ਪ੍ਰਧਾਨ ਨਾਮ ਦਾ ਸ਼ਖਸ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ ਬੰਦਿਆਂ ਨੂੰ ਫੋਨ ਕਰਕੇ ਅੱਗੇ ਬੁਲਾ ਲਿਆ, ਬੱਸ ਨੂੰ ਘੇਰ ਕੇ ਸ਼ੀਸ਼ੇ ਭੰਨੇ ਗਏ, ਇੱਕ 9 ਜਵਾਨ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਔਰ ਪੀੜਤਾਂ ਦੇ ਵੱਲੋਂ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਇਹ ਸ਼ਰਧਾਲੂ ਨੇ ਜਿਹੜੇ ਅਮਰਨਾਥ ਯਾਤਰਾ ਤੇ ਗਏ ਸੀ, ਵਾਪਸ ਪਰਤਦੇ ਸਮੇਂ ਭਿਆਨਕ ਲੜਾਈ ਹੋਈ ਜਿਸ ਦੇ ਵਿੱਚ ਇੱਕ 9 ਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 4 ਤਰੀਕ ਨੂੰ ਇਹ ਬੱਸ ਪਟਿਆਲੇ ਤੋਂ ਅਮਰਨਾਥ ਯਾਤਰਾ ਦੇ ਲਈ ਰਵਾਨਾ ਹੋਈ ਸੀ ਤਾਂ 9 ਜਵਾਨ ਤੇ ਹਮਲਾ ਕੀਤਾ ਗਿਆ। ਫਿਲਹਾਲ ਉਸ ਨੂੰ ਸਰਕਾਰੀ ਹਸਪੀਟਲ ਰਾਜਿੰਦਰਾ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਧਿਰ ਦੇ ਵੱਲੋਂ ਆਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੋਹਨ ਦੇ ਫਾਇਰਿੰਗ ਕਰੀ ਹੈ, ਹਰਪ੍ਰੀਤ ਨਾਮ ਸੀਗਾ। ਅਮਰਨਾਥ ਤੋਂ ਆ ਰਹੇ ਸੀ, 4 ਤਰੀਕ ਨੂੰ ਬੱਸ ਗਈ ਸੀਗੀ ਜੀ, ਆਉਣਾ ਸੀ 12 ਨੂੰ ਵਾਪਸ। ਇਹਨਾਂ ਦੀ ਲੜਾਈ ਹੋਈ ਸੀ ਆਪਸ 'ਚ ਕਦੇ ਹੋਰ ਕਿਸੇ ਨਾਲ, ਬੱਸ 'ਚ ਉਹਨਾਂ ਨੇ ਘੇਰ ਕੇ ਬੰਦਿਆਂ ਨੂੰ ਘੁੱਟਿਆ, ਸਾਰਿਆਂ ਨੂੰ, ਪੂਰੀ ਬੱਸ ਨੂੰ ਘੁੱਟਿਆ। ਬੱਸ 'ਚ ਏਸੀ ਪਿੱਛੇ ਹੋਈ ਸੀ, ਬਹਿਸ ਏਸੀ ਬੰਦ ਕਰਿਆ, ਪਤਾ ਨਹੀਂ ਕੌਣ ਸੀ ਗਈ ਆਪਸ 'ਚ ਉਹਨਾਂ ਦੀ ਬਹਿਸ ਹੋਈ ਹੈ। ਉੱਧਰੋਂ ਉਹਨਾਂ ਨੇ ਲੇਡੀਜ਼ ਨੂੰ ਗਾਲ ਕੱਢੀ ਰਾਜੂ ਪ੍ਰਧਾਨ ਨੇ, ਜਿਹਨਾਂ ਨਾਲ ਲੜਾਈ ਹੋਈ ਸੀਗੀ ਉਹਨਾਂ ਨੇ ਕੁੱਟਤਾ ਰਾਜੂ ਪ੍ਰਧਾਨ। ਉਹਨੇ ਬੰਦੇ ਬੁਲਾ ਲਏ ਅੱਗੇ ਰਾਜੂ ਪ੍ਰਧਾਨ ਨੇ, ਸ਼ੀਤਲਾ ਮਾਤਾ ਨੇ ਬੱਸ ਮੰਦਰਬਾਰ ਬੱਸ ਰੁਕਣੀ ਸੀ, ਉਹਨਾਂ ਨੇ ਸਨੋਰੀ ਅੱਡੀ ਬੱਸ ਘੇਰ ਲਈ। ਘੱਟੋ ਘੱਟ 25 ਤੋਂ 30 ਜਾਣੇ ਸੀਗੇ ਜੀ। ਹਾਂਜੀ, ਮੌਕੇ ਤੇ ਮੌਜੂਦ ਸੀਗੇ, ਬੱਸ 'ਚ ਸੀਗਾ ਮੈਂ ਜੀ। ਉਹਨਾਂ ਨੇ ਮੇਰੇ ਵੀ ਮਾਰਿਆ ਥੱਪੜ, 3-4 ਮੇਰੇ ਵੀ ਡੰਡੇ ਮਾਰਿਆ ਉਹਨਾਂ ਨੇ, ਕਿਰਪਾਨਾਂ ਵੀ ਮਾਰੀਆਂ ਮੇਰੇ ਬ੍ਰਦਰ ਦੇ ਸਿਰ ਸੁਰ ਪਾੜਿਆ ਉਹਨਾਂ ਦੇ, ਫਾਇਰਿੰਗ ਕਰਿਆ, 2 ਫਾਇਰ ਮਾਰਿਆ ਉਹਨਾਂ ਨੇ। ਫਾਇਰ ਉਹਨਾਂ ਵੱਲੋਂ ਚਲਾਏ ਗਏ, ਹਰਪ੍ਰੀਤ ਢੀਡ ਸੀ, ਰਾਜੂ ਪ੍ਰਧਾਨ ਦਾ ਮੁੰਡਾ ਲੈ ਕੇ ਆਇਆ ਸੀ, ਗੌਰਵ ਨਾਮ ਹੈ ਜਿਸਦਾ। ਟੋਟਲ ਕਿੰਨੇ ਬੰਦੇ ਸੀ ਹਮਲਾ? ਘੱਟੋ ਘੱਟ 25-30 ਜਾਣੇ ਸੀਗੇ ਜਿਨ੍ਹਾਂ ਦੇ ਹਮਲਾ ਕਰਿਆ। ਰੋਕਣ ਦੀ ਕੋਸ਼ਿਸ਼ ਡਰਾਈਵਰ ਨੇ ਪੂਰੀ ਕਰੀ ਹੈ, ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਵੜੇ ਹੋ। ਡਰਾਈਵਰ ਨੂੰ ਵੀ ਗਵਾਹ ਹੈ। ਹੁਣ ਹਾਲਾਤ ਕੀ ਨੇ ਤੁਹਾਡੇ ਬ੍ਰਦਰ ਦੇ? ਬ੍ਰਦਰ ਸੀਰੀਅਸ ਹੈ ਜੀ, ਥੋੜਾ ਜਿਹਾ ਹੈ, ਸੀਰੀਅਸ ਹੈ। ਕੀ ਨਾਮ ਕੀ ਜੀ? ਮੋਹਨ ਹੈ ਜੀ। ਤੇ ਕੋਈ ਫਾਇਰ ਵਗੈਰਾ ਵੀ ਵੱਜਿਆ ਉਹਦੇ? ਫਾਇਰ ਨਹੀਂ ਵੱਜੇ, ਫਾਇਰ ਕੋਲ ਲੰਘਿਆ ਜੀ, 2 ਫਾਇਰ ਕੱਢੇ। ਕਿਹਨੂੰ ਚਲਾਏ ਗਏ? ਹਰਪ੍ਰੀਤ ਢੀਡ ਵੱਲੋਂ ਰਾਜੂ ਪ੍ਰਧਾਨ ਦੇ ਬੰਦੇ ਸੀਗੇ ਜੀ, ਗੌਰਵ ਲੈ ਕੇ ਆਏ ਸੀ ਮੁੰਡੇ ਸਾਰੇ। ਪੁਲਿਸ ਪਹੁੰਚ ਗਈ? ਪੁਲਿਸ ਪਹੁੰਚੀ ਸੀ, ਪੁਲਿਸ ਨੇ ਕੁਝ ਕਰਿਆ ਹੀ ਨਹੀਂ ਉੱਥੇ। ਮੈਂ ਪੁਲਿਸ ਨੂੰ ਕਿਹਾ ਉੱਧਰ ਅਸਲਾ ਬਰਾਮਦ ਕਰੋ, ਇਹਨੂੰ ਰੱਖੋ। ਪੁਲਿਸ ਕਹਿੰਦਾ ਮੈਨੂੰ ਕਿਉਂ ਫੜ ਰਿਹਾ? ਜਦੋਂ ਲੜਾਈ ਹੋਈ ਹੈ ਮੌਕੇ ਤੇ ਪੁਲਿਸ ਹੈਗੀ ਸੀ? ਹਾਂਜੀ, 2 ਮਿੰਟ ਬਾਅਦ ਹਾਂ ਫਾਇਰ ਹੋਇਆ, ਉਸ ਤੋਂ ਬਾਅਦ ਪੁਲਿਸ ਸੀਗੀ, ਪੁਲਿਸ ਨੇ ਸ਼ਾਇਦ ਮੇਰੇ ਖਿਆਲ ਨਾਲ ਵੀਡੀਓ ਵੀ ਬਣਾਈ ਹੈ। ਤੇ ਹੁਣ ਮੰਗ ਕੀ ਕਰਦੇ ਹੋ? ਇਨਸਾਫ ਚਾਹੀਦਾ ਜੀ ਸਾਨੂੰ। ਤੇ ਹੋਰ ਵੀ ਕੋਈ ਇੰਜਰਡ ਹੈ ਜਾਂ ਇੱਕੇ ਬੰਦਾ? ਇੱਕੋ ਹੀ ਬੰਦਾ ਇੰਜਰਡ ਹੈ ਜੀ, ਜਨਾਨੀਆਂ ਦੇ ਥੱਪੜੇ ਵੀ ਮਾਰਿਆ ਉਹਨਾਂ ਨੇ। ਜਨਾਨੀਆਂ ਵੀ ਗਵਾਹੀ ਦੇਣਗੀਆਂ, ਪੂਰੀ ਬੱਸ ਗਵਾਹੀ ਦੇਗੀ, ਡਰਾਈਵਰ ਵੀ ਗਵਾਹੀ ਦੇਗਾ, ਸਾਰੇ ਗਵਾਹੀ ਦੇਣਗੇ ਜੀ। ਤੇ ਜਿਹੜੇ ਮੁੰਡੇ ਦੇ ਸਰਚਰ ਤੁਸੀਂ ਦੱਸ ਰਹੇ ਹੋ, ਤੁਹਾਡਾ ਬ੍ਰਦਰ, ਉਹਦਾ ਨਾਮ ਕੀ ਹੈ ਤੇ ਉਮਰ? ਮੋਹਨ ਹੈ ਜੀ ਉਹਦਾ ਨਾਮ। ਨਾ, ਉਮਰ ਕਿੰਨੀ ਹੈਗੀ? ਉਹਦੀ ਹੈਗੀ 21 ਸਾਲ। ਪਹਿਲਾਂ ਵੀ ਕੋਈ ਬਹਿਸਬਾਜੀ ਸੀ? ਕੋਈ ਗੱਲ ਹੀ ਨਹੀਂ ਸੀ ਸਾਡੀ ਜੀ, ਜੇ ਸਾਡੀ ਕੋਈ ਬਹਿਸਬਾਜੀ ਹੁੰਦੀ ਅਸੀਂ ਨਾਲ ਹੀ ਨਾ ਜਾਂਦੇ ਜੀ। ਅੱਛਾ, ਹਾਂਜੀ। ਏਸੀ ਪਿੱਛੇ ਲੜਕੇ
ਉਹ ਹੋਰ ਕਿਸੇ ਦੀ ਲੜਾਈ ਸੀਗੀ ਜੀ, ਉਹਨਾਂ ਨੂੰ ਲੱਗਿਆ ਕਿੱਥੇ ਆ ਮੇਰਾ ਬ੍ਰਦਰ, ਉਹਨਾਂ ਨੇ ਮੇਰਾ ਬ੍ਰਦਰ ਥੱਪੜਾ ਮਾਰਿਆ, ਉਹਨਾਂ ਨੂੰ ਬੱਸ 'ਚ ਉਤਾਰ ਕੇ ਥੱਪੜਾ ਥੁੱਪੜਾ ਮਾਰ ਕੇ ਉਹਨਾਂ ਨੇ ਫਾਇਰ ਫੂਰ ਕੱਢੇ, ਦੋ ਘੱਟੋ ਘੱਟ ਦੋ ਫਾਇਰ ਹੋਇਆ ਜੀ, ਪ੍ਰੋਪਰ ਦੋ ਫਾਇਰ ਹੋਏ ਆ। ਪੁਲਿਸ ਵਾਲਿਆਂ ਨੂੰ ਕਿਹਾ ਮੈਂ ਅਸਲਾ ਬਰਾਮਦ ਕਰਾਂ, ਉਹਨੇ ਅਸਲਾ ਨਹੀਂ ਬਰਾਮਦ ਕਰਿਆ। ਦੋ ਬੱਸਾਂ ਗਈਆਂ ਸੀ ਅਮਰਨਾਥ ਯਾਤਰਾ 'ਤੇ, ਅਤੇ ਯਾਤਰੀ ਕਿਸੇ ਗੱਲ ਤੋਂ ਇਹ ਬੱਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ, ਅਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ 'ਤੇ ਵਾਪਸ ਪਹੁੰਚੀ ਬੱਸ ਵੱਡੀ ਨਦੀ 'ਤੇ, ਅਤੇ ਉੱਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਅਤੇ ਉਹਦੇ 'ਚ ਇੱਕ ਬੰਦਾ ਇੰਜਰਡ ਹੋਇਆ, ਅਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮਬੰਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਂਦੀ ਹੈ। MLR ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ, ਅਤੇ ਉਹ ਵੈਰੀਫਾਈ ਕਰ ਰਿਹਾ, ਵੈਰੀਫਾਈ ਕਰਕੇ ਨਹੀਂ MLR ਅਸੀਂ ਹਜੇ ਹਾਸਲ ਕਰਨੀ ਆ, ਜੋ ਵੀ ਡਾਕਟਰ ਸਾਹਿਬ ਉਹਦੇ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ।